ਅੱਗ ਲੱਗੀ ਪਈ ਆ ਦੁਨੀਆ ਤੇ ਲਾ ਪ੍ਰੇਤ ਦੀ ਅੱਜ ਮੌਤ ਹੋਈ ਆ ਇੱਥੇ ਖੜੇ ਨੇ ਵਿਚਾਰੇ ਤੇ ਪਤਾ ਲੱਗਿਆ ਆਈ ਜੀ ਪਟਿਆਲਾ ਜਿਹੜਾ ਦੁੱਗਲ ਹੈ ਉਹਦੀ ਵੀ ਗੱਲ ਸਾਹਮਣੇ ਆਈ ਹੈ ਪਰਚਾ ਬਣਦਾ 306 ਦਾ ਇੱਧਰੋਂ ਮੁੰਡਾ ਲੈ ਕੇ ਕੁੜੀ ਨੂੰ ਭੇਜ ਰਿਹਾ ਹੈ ਕਿ ਮੈਂ ਖੁਦਕੁਸ਼ੀ ਕਰ ਜਾਣੀ ਹੈ ਉਹ ਕੁੜੀ ਮੂਹਰੋਂ ਅੰਗੂਠਾ ਜਿਹਾ ਦਿਖਾ ਦਿੰਦੀ ਹੈ ਕੱਲ੍ਹ ਜਾ ਕੇ 420 ਦਾ ਮੁਕੱਦਮਾ ਵੀ ਤਾਂ ਦਰਜ ਕਰ ਲਿਆ ਵੀ ਲੋਕ ਸੜਕ ਤੇ ਬੈਠਣ ਲੱਗੇ सोशल मीडिया उत्ते पिछले काफ़ी चिर तो चल रहे बेअंत कौर अते लवप्रीत दे मसले बारे तो हर कोई जानता ही है। अजे तक भी सरकार वालों जां प्रशासन वालों कोई भी इहो जिहा एक्शन नहीं लिया गया कि लवप्रीत दे परिवार नूं इंसाफ मिल सके, पर बहुत सारे नौजवानों की हुण एक कोशिश है कि इन्हां लोकां नूं इंसाफ दवाया जाए। दस दिए जे गल कर लिए पंजाब दी तां पंजाब दे विच लवप्रीत तो इलावा बहुत सारे ऐसे केस सामने आए ने जिन्हां विच कि कुड़ियां ਅਤੇ ਕਈ ਜਗ੍ਹਾ ਮੁੰਡੇ ਵੀ ਗਲਤ ਨੇ। ਤੇ ਹੁਣ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਲੱਖਾ ਸਿਧਾਣਾ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ। ਕੀ ਕਿਹਾ ਲੱਖਾ ਸਿਧਾਣਾ ਨੇ ਅਤੇ ਕੀ ਕਰਨ ਜਾ ਰਹੇ ਹਨ ਉਹ ਇਹਨਾਂ ਮੁੰਡਿਆਂ ਬਾਰੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ। ਗੁੱਸਾ ਨਾ ਕਰਿਓ, ਆਪਾਂ ਇਹ ਗੱਲ ਦਾ ਮਾਣ ਕਰਦੇ ਹਾਂ ਕਿ ਅਸੀਂ ਬਹੁਤ ਬਹਾਦਰ ਕੌਮ ਆ। ਜੇ ਲਵਪ੍ਰੀਤ ਦੀ ਅੱਜ ਮੌਤ ਹੋਈ ਆ ਜਾਂ ਹੋਰ ਸੈਂਕੜੇ ਮੁੰਡੇ ਹਜ਼ਾਰਾਂ ਮੁੰਡੇ ਇੱਥੇ ਵਿਲਕਦੇ ਫਿਰਦੇ ਆ ਜਿਨ੍ਹਾਂ ਨੇ ਜ਼ਮੀਨਾਂ ਗਹਿਣੇ ਬੈ ਧਰ ਕੇ ਪੈਸੇ ਭਰੇ ਨੇ ਬਾਹਰ ਦੇ ਲੋਕਾਂ 'ਚ ਤੇ ਕੁੜੀਆਂ ਉੱਥੇ ਜਾ ਕੇ ਬਹਿ ਕੇ ਜਾਂ ਉੱਥੇ ਉੱਥੇ ਛੱਡ ਦਿੰਦੀਆਂ ਪਰ ਮੈਂ ਤਾਂ ਜਾਂ ਹੋਰੂ ਕਰਦੀਆਂ ਇਹ ਵੀ ਕੇਸ ਮੈਂ ਇੱਥੇ ਦੇਖਿਆ ਮੁੰਡੇ ਦੱਸਦੇ ਸੀ ਇੱਥੇ ਖੜੇ ਨੇ ਵਿਚਾਰੇ ਕਹਿੰਦੇ ਬਾਈ ਸਾਡੇ ਕੋਲੋਂ 25-30 ਲੱਖ ਰੁਪਇਆ ਪਹਿਲਾਂ ਵਿਆਹ 'ਤੇ ਲਵਾ ਲਿਆ ਮੁੜ ਕੇ 10-20 ਲੱਖ ਰੁਪਇਆ ਹੋਰ ਮੰਗਾ ਲਿਆ ਕਹਿੰਦਾ ਫੀਸਾਂ ਭਰਨੇ ਆ 50-50-60-60 ਲੱਖ ਥੱਲੇ ਆ ਗਏ ਹੁਣ ਬੁਲਾਉਂਦੀਆਂ ਨਹੀਂ ਜਾਂ ਬੁਲਾ ਲੈਂਦੀਆਂ ਨੇ ਉੱਥੇ ਜਾ ਕੇ ਛੱਡ ਦਿੰਦੀਆਂ ਨੇ। ਅਸੀਂ ਤੁਸੀਂ ਇਹ ਦੇਖੋ 12 ਪੜੀ ਪੜੀ ਕੁੜੀ ਹੁੰਦੀ ਹੈ 12 4 ਸਾਲ ਦਾ ਜਵਾਕ ਲੱਗ ਜਾਂਦਾ ਹੈ 12 ਦੇ 4 16 ਸਾਲ ਦੀ ਕੁੜੀ ਹੁੰਦੀ ਹੈ ਜਾਂ ਮੁੰਡਾ ਹੁੰਦਾ ਉਹ 12 ਪਾਸ ਕਰ ਜਾਂਦਾ ਹੈ ਉਦੋਂ ਬਾਅਦ 6 ਮਹੀਨੇ ਆਈਲਸ ਕਰਦਾ ਹੈ 6 ਮਹੀਨੇ ਤੋਂ ਬਾਅਦ ਵਗ ਜਾਂਦਾ ਹੈ 17-17 ਸਾਲ ਦੀਆਂ ਕੁੜੀਆਂ ਅਸੀਂ ਬਾਹਰ ਭੇਜੀ ਜਾਂਦੇ ਹਾਂ ਵਿਆਹ ਕਰਾ ਕੇ ਹੁਣ 17 ਸਾਲ ਦੀ ਜਵਾਕੀ ਨੂੰ ਕਿੰਨੀ ਕੁ ਸਮਝ ਹੁੰਦੀ ਹੈ ਦੁਨੀਆਦਾਰੀ ਬਾਰੇ ਪਰ ਸਾਨੂੰ ਇੱਕੋ ਹੀ ਗੱਲ ਅੱਖਾਂ ਦੇ ਪੱਟੀ ਬੰਨੀ ਜਾਂਦੇ ਹੋਏ ਕੈਨੇਡਾ ਅਮਰੀਕਾ ਅੱਗ ਲੱਗੀ ਪਈ ਆ ਦੁਨੀਆ ਕੁਛ ਨਹੀਂ ਯਾਰ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਜ਼ਿੰਦਗੀ ਜਾਉਣ ਆਇਆ ਨੂੰ ਜਾਉ ਕੇ ਜਾਓ ਜ਼ਿੰਦਗੀ ਨੂੰ ਮਾਣੋ ਚੰਗੀ ਤਰ੍ਹਾਂ ਆਪਾਂ ਘੀਸ ਰਹੇ ਹਾਂ ਜ਼ਿੰਦਗੀ ਨੂੰ ਕੰਨਿਆ ਉੱਤੋਂ ਦੀ ਸਾਰੀ ਉਮਰ ਬੰਦਾ ਹੀ ਨਵੇਂ ਧੰਦ ਪਿੜਦਾ ਮੈਂ ਆਹ ਕਰ ਲਾਂ ਮੈਂ ਉਹ ਕਰ ਲਾਂ ਮੈਂ ਇੱਥੋਂ ਇਕੱਠਾ ਕਰ ਲਾਂ ਮੈਂ ਇੱਥੇ ਸੈੱਟ ਕਰ ਦਾਂ ਜਵਾਕ ਆਹ ਕਰਦਾ ਜਵਾਕ ਤੁਹਾਡੇ ਕਹਿਣੇ 'ਚ ਨਹੀਂ ਹੁੰਦਾ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਪੰਜਾਬ ਦਾ ਦਰਦ ਹੈ ਇਹ ਪੰਜਾਬ ਦੀ ਕਹਾਣੀ ਹੈ ਪੰਜਾਬ ਦੇ ਹਰ ਘਰ ਦੀ ਕਹਾਣੀ ਹੈ ਹਰ ਕਿਸੇ ਘਰ ਦੀ ਕਹਾਣੀ ਹੈ ਇਹ ਇਕੱਲਾ ਲਵਪ੍ਰੀਤ ਨਾਲ ਹੀ ਹੋਇਆ ਬਾਕੀ ਆਪਾਂ ਗੱਲ ਕਰਦੇ ਹਾਂ ਜਿਹੜੇ ਇੱਥੋਂ ਦੀ ਹੁਣ ਜਿਹੜਾ ਪ੍ਰਸ਼ਾਸਨ ਹੈ ਇੱਥੋਂ ਦੀ ਪੁਲਿਸ ਹੈ ਦੇਖੋ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ 420 ਦਾ ਮੁਕੱਦਮਾ ਦਰਜ ਕਰਤਾ ਪਰਚਾ ਬਣਦਾ 306 ਦਾ ਔਰ ਕੱਲੀ ਕੁੜੀ ਤੇ ਨਹੀਂ ਬਣਦਾ ਪੂਰੇ ਪਰਿਵਾਰ ਤੇ ਬਣਦਾ ਕਿਉਂਕਿ ਸਾਜ਼ਬਾਜ਼ ਸਾਰੇ ਹੋਏ ਹੁੰਦੇ ਨੇ ਕੱਲੀ ਇਹ ਨਹੀਂ ਵੀ ਕੱਲੀ ਕੁੜੀ ਜ਼ਿੰਮੇਵਾਰ ਆ ਉਹ ਮਗਰ ਪਰਿਵਾਰ ਦੀ ਵੀ ਸ਼ੈ ਹੁੰਦੀ ਆ ਮਾਂ ਦੀ ਤੇ ਧੀ ਦੀ ਗੱਲ ਇੱਕੋ ਹੀ ਹੁੰਦੀ ਆ ਹਰ ਧੀ ਆਪਣੀ ਮਾਂ ਨਾਲ ਗੱਲ ਸਾਂਝੀ ਕਰਦੀ ਹੁੰਦੀ ਆ ਕਿ ਬੇਬੇ ਮੈਂ ਆਹ ਕਰਨ ਲੱਗੀ ਆ ਬੁਲਾਉਣਾ ਕਿ ਨਹੀਂ ਬੁਲਾਉਣਾ ਕੀ ਕਰਨਾ ਫਾਇਲ ਲਾਉਣੀ ਆ ਨਹੀਂ ਲਾਉਣੀ ਬਾਅਦ ਨਾਲ ਮਾਵਾਂ ਵੀ ਕਹਿੰਦੇ ਆ ਕੋਈ ਗੱਲ ਨਹੀਂ ਕੁਝ ਦੇਖਾਂਗੇ ਲਾਸ਼ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਵੀ ਹਾਂ ਹੁਣ ਸਾਡੀ ਧੀ 4 ਪੈਸੇ ਭੇਜਣ ਲੱਗੀ ਤਾਂ ਆਪਾਂ ਚਾਹੁੰਦੇ ਆ ਕਿ 306 ਦਾ ਮੁਕੱਦਮਾ ਹੋਵੇ ਤੇ ਮੁਕੱਦਮਾ ਪੂਰੇ ਪਰਿਵਾਰ ਤੇ ਹੋਵੇ ਉਹਦਾ ਮਾਂ ਵੀ ਆ ਉਹਦੀ ਪਿਓ ਵੀ ਆ ਤੇ ਨਾਲ ਇੱਕ ਭਰਾ ਦੱਸੀ ਦਾ ਇੱਕ ਚਾਚਾ ਵੀ ਦੱਸੀ ਦਾ ਵੀ ਨਾਲ ਚਾਚਾ ਵੀ ਨਾਲ ਜੁੜਿਆ ਹੋਇਆ ਇਹ ਇੱਕ ਆਪਣੀ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ ਕਿਸੇ ਦੀ ਪਰ ਯਾਰ ਇੱਕ ਮੁੰਡਾ ਮਰ ਜਾਣਾ ਨੌਜਵਾਨ ਉਹ ਕੁੜੀ ਦੀ ਵਜ੍ਹਾ ਕਰਕੇ ਦੱਸਿਆ ਗਿਆ ਕਿ ਅਸੀਂ ਚੈਟ ਪੜੀ ਸਾਲਿਆਂ ਨੇ ਇੱਧਰੋਂ ਮੁੰਡਾ ਲੈ ਕੇ ਕੁੜੀ ਨੂੰ ਭੇਜ ਰਿਹਾ ਹੈ ਕਿ ਮੈਂ ਖੁਦਕੁਸ਼ੀ ਕਰ ਜਾਣੀ ਹੈ ਉਹ ਕੁੜੀ ਮੂਹਰੋਂ ਅੰਗੂਠਾ ਜਿਹਾ ਦਿਖਾ ਦਿੰਦੀ ਹੈ ਅੰਗੂਠਾ ਲੱਗਿਆ ਹੁੰਦਾ ਵਟਸਐਪ ਦੇ ਉੱਤੇ ਕਿ ਹਾਂ ਠੀਕ ਹੈ ਮੈਂ ਸਹਿਮਤ ਹਾਂ ਖੁਦਕੁਸ਼ੀ ਕਰ ਲਾ ਯਾਰ ਬੰਦੇ ਦੀ ਜ਼ਿੰਦਗੀ ਕਿਤੇ ਇੰਨੀ ਸਸਤੀ ਹੁੰਦੀ ਹੈ ਕਿ ਇਸ ਤਰ੍ਹਾਂ ਇੱਕ ਨੌਜਵਾਨ ਮਾਪਿਆਂ ਦਾ ਪੁੱਤ ਮਰ ਜੇ ਤੇ ਹੈਰਾਨੀ ਵਾਲੀ ਗੱਲ ਦੇਖੋ ਕਿੰਨਾ ਟਾਈਮ ਹੋ ਗਿਆ ਜੀ ਮਹੀਨਾ ਹੋ ਗਿਆ ਚਲੋ ਠੀਕ ਹੈ ਮਹੀਨੇ ਦੇ ਉੱਤੇ 40 ਦਿਨ ਹੋ ਗਏ 40 ਦਿਨ ਹੋ ਗਏ ਹਾਲੇ ਤੱਕ ਪੁਲਿਸ ਨੇ ਕੱਲ੍ਹ ਜਾ ਕੇ 420 ਦਾ ਮੁਕੱਦਮਾ ਵੀ ਤਾਂ ਦਰਜ ਕਰ ਲਿਆ ਵੀ ਲੋਕ ਸੜਕ ਤੇ ਬੈਠਣ ਲੱਗੇ ਹਾਲੇ ਪਤਾ ਨਹੀਂ ਕਿਹਦਾ ਦਬਾਅ ਕੇਵਲ ਢਿੱਲੋਂ ਦਾ ਦਬਾਅ ਇੱਥੇ ਪਤਾ ਲੱਗਿਆ ਆਈ ਜੀ ਪਟਿਆਲਾ ਜਿਹੜਾ ਦੁੱਗਲ ਹੈ ਉਹਦੀ ਵੀ ਗੱਲ ਸਾਹਮਣੇ ਆਈ ਹੈ ਇਹ ਕੱਲ੍ਹ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਇਕੱਠੇ ਹੋ ਕੇ ਮਨੀਸਾ ਘਲਾਟੀ ਆ ਜਿਹੜੀ ਉਹ ਮਤਲਬ ਚੇਅਰਮੈਨ ਹੈ ਪਹਿਲਾਂ ਚੇਅਰ ਕਮਿਸ਼ਨਰ ਪਹਿਲਾਂ ਕਮਿਸ਼ਨਰ ਆਹੋ ਉਹਦੇ ਕੋਲ ਗਏ ਸੀ ਉਹਨੇ ਵੀ ਕਿਹਾ ਉਹ ਕਹਿੰਦੇ ਮੈਨੂੰ ਬਹੁਤ ਦਬਾਅ ਮੇਰੇ ਤੇ ਪੁਲਿਸ ਦਾ ਹੁਣ ਪੁਲਿਸ ਤੇ ਦਬਾਅ ਕਿਹੜੀ ਗੱਲ ਦਾ ਸਿਆਸੀ ਬੰਦਿਆਂ ਦਾ ਦਬਾਅ ਹੈ ਜਾਂ ਪੁਲਿਸ ਨੇ ਪੈਸੇ ਖਾਦੇ ਹੈ
ਇਹ ਕਹਾਣੀ ਕਿੱਥੇ ਖੜੀ ਹੈ? ਕਿੱਡੀ ਦੁੱਖ ਦੀ ਗੱਲ ਹੈ ਯਾਰ। ਇੱਥੇ ਕੋਈ ਨੌਜਵਾਨ ਮਰ ਜਾਂਦਾ ਹੈ, ਇੱਥੇ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਧੱਕੇਸ਼ਾਹੀ ਹੁੰਦੀ ਹੈ ਕਿਸੇ ਨਾਲ, ਸਾਨੂੰ ਪਰਚਾ ਕਰਾਉਣ ਲਈ ਅਸੀਂ ਸੜਕਾਂ ਤੇ ਬੈਠਣਾ ਪੈਂਦਾ। ਆ ਪਿੱਛੇ ਤੁਸੀਂ ਦੇਖਿਆ ਹੋਣਾ ਹੈ, ਚੌ ਪਿੰਡ ਦਾ ਮੁੰਡਾ ਮਾਰਤਾ ਕੁੱਟ ਕੇ, ਪੁਲਿਸ ਨੇ ਪਹਿਲਾਂ ਤਾਂ ਪਰਚਾ ਨਹੀਂ ਦਰਜ ਕੀਤਾ, ਫਿਰ ਜੇ ਪਰਚਾ ਦਰਜ ਕਰ ਲਿਆ ਬੰਦੇ ਨਹੀਂ ਫੜੇ। ਚਾਰ ਦਿਨ ਉਸ ਨੌਜਵਾਨ ਦੀ ਲਾਸ਼ ਸੜਕ ਤੇ ਰੱਖ ਕੇ ਲੋਕ ਬੈਠੇ ਰਹੇ, ਤਾਂ ਕਿਤੇ ਜਾ ਕੇ ਉਹੀ ਪੁਲਿਸ ਸੀ, ਫਿਰ ਪਰਚਾ ਵੀ ਦਰਜ ਹੋ ਗਿਆ, ਬੰਦੇ ਵੀ ਸਾਰੇ ਫੜਦੇ। ਪਹਿਲਾਂ ਉਹੀ ਪੁਲਿਸ ਕਿੱਥੇ ਗਈ ਹੁੰਦੀ ਆ? ਜਿਹੜੇ ਹੁਣ ਹਾਲਾਤ ਇੱਥੇ ਆ ਇੰਨੇ ਮਾੜੇ ਤੇ ਨਿਕਲ ਗਏ। ਆ ਜਿਹੜਾ ਹੁਣ ਸਿੱਧੂ ਨੂੰ ਮੈਂ ਗੱਲ ਕਰਨੀ ਚਾਹੁੰਦਾ, ਕਾਂਗਰਸ ਸਰਕਾਰ ਆ, ਆ ਸਿੱਧੂ ਕਹਿੰਦੇ ਜੀ ਪ੍ਰਧਾਨ ਬਣ ਗਿਆ ਜੀ, ਥਾਂ ਥਾਂ ਤੁਹਾਡੇ ਮੈਂ ਦੇਖਦਾ ਆਇਆ ਬੋਰਡ ਲੱਗੇ ਪਏ ਆ, ਵਧਾਈਆਂ ਦੇਈ ਜਾਂਦੇ ਸਿੱਧੂ ਨੂੰ, ਜਿਵੇਂ ਬਹੁਤ ਵੱਡਾ ਮਾਰਕਾ ਮਾਰ ਲਿਆ ਹੋਵੇ ਪੰਜਾਬ ਨੇ। ਕਿ ਦੇਖੋ ਜੀ, ਆ ਦੇਖੋ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ, ਕੀ ਪੰਜਾਬ ਦੇ ਜਿੰਨੇ ਮਸਲੇ ਸੀ ਉਹ ਮੁੱਕ ਗਏ ਆ, ਪੰਜਾਬ ਚੜ੍ਹਦੀ ਕਲਾ 'ਚ ਆ ਗਿਆ। ਆ ਸਾਰੇ ਲੋਕ ਵਧਾਈਆਂ ਦਿੰਦੇ ਆ, ਢੋਲ ਵਜਾਉਂਦੇ ਆ, ਭੰਗੜਾ ਪਾਉਂਦੇ ਆ ਵੀ ਸਿੱਧੂ ਪ੍ਰਧਾਨ ਬਣ ਗਿਆ। ਮੈਂ ਸਿੱਧੂ ਨੂੰ ਕਹਿਣਾ ਚਾਹੁੰਦਾ ਕਿ ਆਹ ਦਰਦ ਨੇ ਜਿਹੜੇ, ਆਹ ਦੁੱਖ ਨੇ ਲੋਕਾਂ ਦੇ, ਕੀ ਦਿਖਦੇ ਨਹੀਂ ਹੈ? ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ ਕਿ ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਪਰ ਬਾਈ ਇਹਨਾਂ ਲੋਕਾਂ ਕੋਲੇ ਗੱਲਾਂ ਦਾ ਕੜਾ ਹੈ, ਸਾਡੇ ਲੋਕਾਂ ਨੂੰ ਵੀ ਆਦਤ ਪਈ ਹੋਈ ਗੱਲਾਂ ਦਾ ਕੜਾ ਚੱਕਣ ਦੀ, ਅਸੀਂ ਉਂਗਲਾਂ ਵੀ ਚੱਟ ਜਾਂਦੇ ਇਹਦੇ ਕੜਾ। ਸਾਡੇ ਹਾਲਾਤ ਤਾਂ ਬਣ ਗਏ ਕਿਉਂਕਿ ਜ਼ਿੰਮੇਵਾਰ ਮੈਂ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਸਮਝਦਾ ਕਿ ਸਾਡੇ ਲੋਕ ਹਲੇ ਵੀ ਇਹਦੇ ਝੋਲੀ ਚੁੱਕ ਬਣੇ ਹੋਏ ਨੇ, ਚਾਪਲੂਸ ਬਣੇ ਹੋਏ ਨੇ, ਪਿੰਡਾਂ ਦੇ ਵਿੱਚ ਘੜਮ ਚੌਧਰੀ ਬੈਠੇ ਨੇ, ਪਿੰਡਾਂ ਦੇ ਅੰਦਰ ਚਮਚੇ ਬੈਠੇ ਆ, ਜਿਹੜੇ ਹਾਲੇ ਵੀ ਕਹਿੰਦੇ ਆ ਕਿ ਹਾਂ ਸਿੱਧੂ ਜਿੰਦਾਬਾਦ ਹੈ, ਕੈਪਟਨ ਜਿੰਦਾਬਾਦ ਹੈ, ਬਾਦਲ ਜਿੰਦਾਬਾਦ ਹੈ, ਫਲਾਨਾ ਜਿੰਦਾਬਾਦ ਹੈ, ਧਮਕਾ ਜਿੰਦਾਬਾਦ। ਇਹ ਘੜਮ ਚੌਧਰੀਆਂ ਨੂੰ ਵੀ ਪਿੰਡਾਂ ਦੇ ਨਖੇੜੋ, ਇਹਨਾਂ ਦਾ ਵੀ ਬਾਈਕਾਟ ਕਰੋ, ਜੇ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਕਿਸੇ ਲਈ ਕਿਸੇ ਪਗੜੀ ਦੇ ਭਰਾ ਨੂੰ ਚੱਲੇ। ਸੋ ਇੰਨੀਆਂ ਕੁ ਮੈਂ ਬੇਨਤੀਆਂ ਤੁਹਾਨੂੰ ਕਰਨੀਆਂ ਸੀ, ਗੱਲਾਂ 'ਤੇ ਅਮਲ ਕਰਿਆ ਕਰੋ, ਅਮਲ ਬਹੁਤ ਘੱਟ ਹੈ, ਸੁਣਦੇ ਜ਼ਰੂਰ ਹੈ, ਇੰਨਾ ਕਹਿ ਦਿੰਦੇ ਹੋ ਵੀ ਗੱਲਾਂ ਨਾਲ ਠੀਕ ਆ ਜਾਂ ਚੰਗੀਆਂ ਨੇ, ਅਮਲਾ ਸਾਡੇ ਕੋਲ ਵਾਲਾ ਹੁੰਦਾ ਨਹੀਂ ਹੈ, ਠੀਕ ਹੈ ਗੱਲਾਂ। ਇਸੇ ਕਰਕੇ ਸਾਡਾ ਸਮਾਜ ਹੈ ਜਿਹੜਾ ਉਹ ਨਿਘਾਰਤਾ 'ਚ ਆ ਗਿਆ, ਨਿਕਲ ਚੁੱਕਿਆ ਸਾਡਾ ਸਮਾਜ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨਿਕਲ ਚੁੱਕੀ ਹੈ, ਸਾਡੀਆਂ ਨੈਤਿਕ ਕਦਰਾਂ ਕੀਮਤਾਂ ਡਿੱਗ ਚੁੱਕੀਆਂ ਨੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਪੰਜਾਬੀ ਕਦੇ ਜਾਣੇ ਜਾਂਦੇ ਸੀ ਪੂਰੀ ਦੁਨੀਆ ਭਰ ਦੇ ਵਿੱਚ, ਉਹ ਪੰਜਾਬੀ ਆ ਜੋ ਪੰਜਾਬੀ ਨਹੀਂ ਰਹੇ। ਅਸੀਂ ਦੋਸ਼ ਦਿੰਦੇ ਹਾਂ ਇਕੱਲੇ ਸਿਸਟਮ ਨੂੰ, ਇਕੱਲੇ ਪ੍ਰਬੰਧ ਨੂੰ, ਇਕੱਲੇ ਸਿਆਸੀ ਬੰਦਿਆਂ ਨੂੰ, ਇਕੱਲੀਆਂ ਸਰਕਾਰਾਂ ਨੂੰ, ਪਰ ਸਿਸਟਮ ਬਣਾਉਣ ਵਾਲੇ ਵੀ ਅਸੀਂ ਲੋਕ ਹੈ, ਸਰਕਾਰਾਂ ਬਣਾਉਣ ਵਾਲੇ ਵੀ ਅਸੀਂ ਲੋਕ ਹੈ, ਪ੍ਰਬੰਧ ਦੇ ਖਿਲਾਫ ਲੜਨ ਵਾਲੇ ਵੀ ਅਸੀਂ ਲੋਕ ਹਾਂ। ਸੋ ਹੁਣ ਲੜਨਾ ਪੈਣਾ, ਨੰਗੇ ਧੜ ਹੋ ਕੇ ਲੜਨਾ ਪੈਣਾ ਜੇ ਆਪਣੇ ਆਪ ਨੂੰ ਬਚਾਉਣਾ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ, ਆਪਣੇ ਜਵਾਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣਾ, ਤਾਂ ਭਾਵੇਂ ਲੜਨਾ ਪੈਣਾ, ਲੜਕੇ ਕੋਈ ਨਾ ਕੋਈ ਗੁਜ਼ਾਰਾ ਹੋਣਾ। ਧੰਨਵਾਦ ਸਾਰਿਆਂ ਦਾ। ਅੱਗੇ ਜੋ ਕਮੇਟੀ ਇੱਥੇ ਬਣਾਈ ਗਈ ਹੈ, ਉਹ ਕਮੇਟੀ ਕੀ ਫੈਸਲਾ ਕਰਦੀ ਹੈ ਇਹ ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੋ ਪ੍ਰਾਂਤ ਦੇਊਗੀ, ਅਸੀਂ ਜਿੰਨੇ ਜੋ ਵੀਰੇ ਭਰਾਵੋ ਤੁਹਾਡੇ ਨਾਲ ਹੈਗੇ ਹਾਂ, ਉਹ ਤੁਹਾਨੂੰ ਮਨੋਂ ਖੜੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਹੈ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਇਸ ਮਸਲੇ ਬਾਰੇ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਲੱਖਾਂ ਸਿਧਾਣਾ ਦੇ ਵਿਚਾਰਾਂ ਬਾਰੇ ਵੀ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫਿਰ ਮੋਰ ਅਪਡੇਟਸ, ਸਬਸਕ੍ਰਾਈਬ ਚੈਨਲ ਸਤਰੰਗ।